ਸਾਸੀ ਘਾਬਰੋ ਕੀ ਹਾਲ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ ਨੰਬਰ ਆਪਣਾ 76963 29488 ਜੇ ਕਿਸੇ ਵੀ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਆ ਕਿਸੇ ਵੀ ਗੱਡੀ ਦੀ ਖੇਤੀਬਾੜੇ ਦੇ ਸੰਧ ਦੀ ਟਰੈਡ ਦੀ ਤਾਂ ਇਸੇ ਨੰਬਰ ਤੇ 2 ਮਿੰਟ ਦੀ ਵੀਡੀਓ ਬਣਾ ਕੇ ਸੈਂਡ ਕਰ ਦਿਓ ਬਾਕੀ ਸਾਰੀ ਡਿਟੇਲਸ ਸੈਂਡ ਕਰ ਦਿਓ ਤੇੜ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਆਪਣੇ ਚੈਨਲ ਤੇ ਕਰ ਦਾਂਗੇ ਸੋ ਆਪਣਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਕੋਈ ਖਰਚਾ ਨਹੀਂ ਹੁੰਦਾ ਜਿੰਨਾ ਆਪਾਂ ਸਾਰਾ ਕੰਮ ਕਰਦਾ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਸੋ ਹੁਣ ਆਪਾਂ ਗੱਲ ਕਰਾਂਗੇ ਜੀ ਗੱਡੀਆਂ ਦੀ ਅੱਜ ਆਪਣੇ ਕੋਲੇ ਸਭ ਤੋਂ ਪਹਿਲਾਂ ਸਵਿਫਟ ਬੀਡੀਆਈ ਗੱਡੀ ਆਈ ਆ 2010 ਮਾਡਲ ਜੀ ਤੇ ਤਰਨ ਤਰਨ ਖੜੀ ਹੈ ਜੀ ਆਹ ਗੱਡੀ 90 ਕੇ ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਰੰਗ ਪੈੜ ਵਧੀਆ ਗੱਡੀ ਦਾ ਹਲਕੇ ਫੁਲਕੇ ਜੇ ਡੈਂਟ ਨੇ ਟੱਚਿੰਗ ਹੋਣ ਵਾਲੀ ਐ ਬਾਕੀ ਗੱਡੀ ਵਧੀਆ ਐ 2.2 ਲੱਖ ਵੀਨੇ ਡਿਮਾਂਡ ਰੱਖੀ ਆ ਨਵੀਂ ਬੈਟਰੀ ਐ ਤੇ ਕਾਗਜ਼ ਪੱਤਰ ਕੰਪਲੀਟ ਨੇ ਏਸੀ ਹੀਟਰ ਮਿਊਜ਼ਿਕ ਸਿਸਟਮ ਮੈਟਿੰਗ ਇੰਜਨ ਗੇਅਰ ਦੀ ਗੱਡੀ ਸਾਫ਼ ਐ ਨੰਬਰ ਨੋਟ ਕਰ ਲਓ ਜਿਹੜੇ ਵੀਰ ਦੀ ਗੱਡੀ ਆ 98775 81575 ਤੇ ਅੱਗੇ ਆ ਜੇ ਆਪਣੇ ਕੋਲੇ ਮਰਤੀ 800 ਗੱਡੀ 2004 ਮਾਡਲ ਆ ਜੀ ਆਹ ਗੱਡੀ ਤੇ ਵਧੀਆ ਕੰਡੀਸ਼ਨ ਆ ਗੱਡੀ ਦੀ ਰੰਗ ਭੰਟ ਓਰੀਜਨਲ ਆ ਗੱਡੀ ਦਾ ਕਿਸੇ ਪਾਸੋਂ ਕੋਈ ਜਰੀ ਵਗੈਰਾ ਨਹੀਂ ਹੈਗੀ ਨਾ ਕਿਸੇ ਪਾਸੋਂ ਕੋਈ ਗਲੀ ਸੜੀ ਆ ਨਾ ਕੋਈ ਡੈਮੇਜ ਹੈ 60k ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ 45000 ਡਿਮਾਂਡ ਹੈ ਬਠਿੰਡੇ ਖੜੀ ਹੈ ਜੀ ਆਹ ਗੱਡੀ ਤੇ ਬਠਿੰਡੇ ਜਾ ਕੇ ਤੁਸੀਂ ਗੱਡੀ ਚੈੱਕ ਆਊਟ ਕਰ ਸਕਦੇ ਹੋ ਤੇ ਕਾਗਜ਼ ਪੱਤਰ ਹੈਗਾ ਜੀ ਬਾਕੀ ਸ਼ੌਂਕ ਨਾਲ ਵੀ ਇੰਨੇ ਗੱਡੀ ਨੂੰ ਰੱਖਿਆ ਹੈ ਨੰਬਰ ਨੋਟ ਕਰ ਲਓ ਜਿਹੜੇ ਵੀਰ ਦੀ ਗੱਡੀ ਆ 84272 35614 ਤੇ ਅੱਗੇ ਆ ਜੇ ਆਪਣੇ ਕੋਲੇ ਫਿਰ ਤੋਂ ਮਰੂਤੀ 800 ਗੱਡੀ ਵਾਈਟ ਰੰਗ ਚ ਆ ਜੀ ਆ ਤੇ 2004 ਮਾਡਲ ਹੈ ਫਾਜ਼ਾਬਾਦ ਖੜੀ ਹੈ ਜੀ ਗੱਡੀ ਸਿਰਸਾ ਨੰਬਰ ਗੱਡੀ ਹੈ ਤੇ ਇੰਜਨ ਗੇਅਰ ਦੀ ਸਾਫ ਹੈ ਜੀ ਚਲਾਉਣ ਚ ਕੋਈ ਕਮੀ ਨਹੀਂ ਵਧੀਆ origignal ਗੱਡੀ ਹੈ 50 60 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਤੇ ਡਿਮਾਂਡ ਰੱਖਿਓ ਵੀਨੇ 55000 ਤੇ ਬਾਕੀ ਤੁਸੀਂ ਮਾਲਕ ਵੀਨੂ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਰਹੋ ਘਟਣਗੇ ਤਾਂ ਤੇ ਨੰਬਰ ਨੋਟ ਕਰ ਲਓ ਜਿਹੜੇ ਵੀਰ ਦੀ ਗੱਡੀ ਆ 81600 81 ਤੇ ਅੱਗੇ ਆ ਜੀ 83987 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਤੇ ਜਾ ਕੇ ਚੈੱਕ ਆਊਟ ਕਰਕੇ ਦੇਖ ਕੇ ਤੇ ਗੱਡੀ ਦੀ ਡੀਲ ਵੀਰੋ ਤੁਸੀਂ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਦੀ ਜੇ ਤੁਸੀਂ ਆਪਣੇ ਚੈਨਲ ਤੇ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਵੀਰੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋ ਆ ਜਿੱਤੇ ਸਬਸਕ੍ਰਾਈਬ ਲਿਖਿਆ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋ ਆ ਉਹਨੂੰ ਆਲਰਟ ਸੈਟ ਕਰਕੇ ਕਲਿੱਕ ਕਰ ਦਿਓ ਤੇ ਆਪਾਂ ਜਦੋਂ ਨਵੀਂ ਵੀਡੀਓ ਪਾਵਾਂਗੇ ਤਾਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਉਸ ਟਾਈਮ ਪਹੁੰਚ ਸਕੇ ਨਾਲ ਦੀ ਨਾਲ ਵੀਡੀਓ ਵਧੀਆ ਲੱਗਿਓਵੇ ਤੁਹਾਨੂੰ ਸੋਹਣੀ ਲੱਗਿਓ ਪਸੰਦਾ ਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਤੇ ਅੱਗੇ ਸ਼ੇਅਰ ਕਰ ਦਿਓ ਜੀ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਤੇ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਬਿਰੋ ਜੀਪ ਦੀ ਜੀਪ ਆਈ ਆਪਣੇ ਕੋਲੇ ਵਧੀਆ ਕੰਡੀਸ਼ਨ ਆ ਪੂਰੀ 1977 ਮਾਡਲ ਹੈ ਮੋਗੇ ਖੜੀ ਆ ਇਹ ਜੀਪ ਨਵੇਂ ਟਾਇਰ ਨੇ ਵਧੀਆ ਤੇ ਅਲਾਈ ਲੱਗੇ ਨੇ ਪੂਰੀ ਸ਼ੌਂਕਿਆ ਤੇ ਸ਼ੌਂਕ ਨਾਲ ਜੀਪ ਰੱਖੀ ਆ ਡਿਮਾਂਡ ਰੱਖਿਆ ਵੀ ਇਹਨੇ 1,65,000 ਕਾਗਜ਼ ਪੱਤਰ ਸਾਰੇ ਪੂਰੇ ਨੇ ਤੇ ਜਿਹੜੇ ਵੀਰ ਦੀ ਗੱਡੀ ਆ ਉਹਨਾਂ ਦਾ ਨੰਬਰ ਲਿਖ ਲਓ ਤੁਸੀਂ ਜੇ ਕਿਸੇ ਵੀ ਨੂੰ ਆਹ ਗੱਡੀ ਪਸੰਦ ਆਈ ਹੋਵੇ ਖਰੀਦਣੀ ਹੋਵੇ ਤਾਂ ਗੱਲ ਕਰ ਲਿਓ 62803 76611 ਨੰਬਰ ਆ ਵੀਰ ਦਾ ਤੇ ਅੱਗੇ ਆਪਾਂ ਤੁਹਾਡੇ ਲਈ ਇੱਕ ਸੋਨਾਲਿਕਾ 60 RX ਟਰੈਕਟਰ ਲੈ ਕੇ ਆਇਆ 2013 ਮਾਡਲ ਹੈ ਤੇ ਮੋਗੇ ਖੜਾ ਹਟਰੈਟ 60 70 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਤੇ 4,50,000 ਮਤਲਬ ਸਾਢੇ 4 ਲੱਖ ਵੀ ਨੇ ਡਿਮਾਂਡ ਰੱਖੀ ਆ ਛੁੱਡੇ ਛਤਰੀ ਨਾਲ ਹੈ ਤੇ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ origignal ਵਧੀਆ ਸੋਨਾ ਟਰੈਟ ਹੈ ਤੇ ਜਿਹੜੇ ਬੀਰ ਦਾ ਟ੍ਰੈਟਾ ਹਾ ਉਹਨਾਂ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ 98144 3197 ਤੇ ਅੱਗੇ ਆ ਜੇ ਆਪਣੇ ਕੋਲ ਇੱਕ ਰੋਟਾਵੇਟਰ 2016 ਮਾਡਲ ਹੈ ਤੇ ਕੰਪਲੀਟ ਰੋਟਾਵੇਟਰ ਹੈ ਬਰਨਾਲੇ ਖੜਾ ਜੇ ਹਾ ਰੋਟਾਵੇਟਰ 95000 ਡਿਮਾਂਡ ਹੈ ਤੇ ਵਧੀਆ ਜੀ ਪੂਰਾ ਰੰਗ ਪੈਂਟ ਵਧੀਆ ਪਿਆ ਬਲੈਡ ਬਲੂਡ ਜਿੰਨਾ ਹੁੰਦਾ ਸਾਰਾ ਕੁਛ ਇਹਦਾ ਸੌਦਾ ਪੱਤਾ ਪੂਰਾ ਵਧੀਆ ਪਿਆ ਤੇ 95000 ਰੇਟ ਆ ਇੱਕ ਵਾਰੀ ਬਾਕੀ ਇੱਕ ਵਾਰੀ ਮਾਲਕ ਵੀਰ ਨੂੰ ਫੋਨ ਕਰਕੇ ਪੁੱਛ ਲਿਓ ਨੰਬਰ ਨੋਟ ਕਰ ਲਓ ਜੜੇ ਵੀਰ ਦਾ ਰੋਟਾ ਵਿਟਰ ਹੈ 95014 33500 79 ਤੇ ਅੱਜ ਲਈ ਐਨਰਜੀ ਜਿੰਨੀਆਂ ਆਪਣੇ ਕੋਲੇ ਮਸ਼ੀਨਰੀਆਂ ਆਈਆਂ ਸੀਆਂ ਤੁਹਾਨੂੰ ਦਿਖਾਤੀਆਂ ਅੱਜ ਲਈ ਤੇ ਬਾਕੀ ਜਿੰਨੇ ਮਸ਼ੀਨਰੀਆਂ ਰਹਿ ਗਿਆ ਬਹੁਤ ਸਾਰੇ ਆਪਣੇ ਕੋਲੇ ਗੱਡੀਆਂ ਟਰੈਕਟ ਜੀਪ ਮੋਟਰਸਾਈਕਲ ਜਿੰਨਾ ਕੁਝ ਹੁੰਦਾ ਸਾਰਾ ਕੁਝ ਆਪਣੇ ਕੋਲੇ ਆ ਰਿਹਾ ਹੈ ਤੇ ਆਪਾਂ ਛੇਤੀ ਛੇਤੀ ਆਪਾਂ ਸਾਰੀਆਂ ਲਾਈ ਜੰਨੇ ਆ ਤੇ ਅੱਜ ਲਈ ਇਹਨੇ ਜੀ ਤੇ ਵੀਡੀਓ ਪਸੰਦ ਆਈ ਹੋਵੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਿਸੇ ਵੀ ਨੇ ਅੜ ਕਰਾਉਣੀ ਹੋਵੇ ਤਾਂ ਆਪਣੇ ਚੈਨਲ ਤੇ 2 ਮਿੰਟਾਂ ਦੀ ਵੀਡੀਓ ਬਣਾ ਕੇ ਉਹਨੂੰ ਟੈੱਡਾ ਕਰਕੇ ਤੇ ਬਣਾ ਕੇ ਭੇਜ ਦਿਓ ਐਡ ਆਪਾਂ ਤੁਹਾਡੀ ਕਰ ਦਾਂਗੇ ਤੇ ਬਾਕੀ ਜਿਹੜਾ ਰੇਟ ਆ ਉਹ ਜਾਇ ਜਜ ਲਾਇਆ ਕਰੋ ਜਿਆਦਾ ਨਾ ਲਾਇਆ ਕਰੋ ਜਦੋਂ ਜਿਆਦਾ ਰੇਟ ਹੁੰਦਾ ਤਾਂ ਬਹੁਤ ਸਾਰੇ ਵੀਰ ਆਪਾਂ ਨੂੰ ਵੀਡੀਓ ਤੇ ਕਮੈਂਟ ਕਰਦੇ ਹੁੰਦੇ ਆ ਕਿ ਰੇਟ ਆ ਜਿਹੜਾ ਬਹੁਤ ਜਿਆਦਾ ਲਾ ਰੱਖਿਆ ਤੇ ਇਦਾਂ ਨਾ ਕਰਿਆ ਕਰੋ ਵੀਰੋ ਇਦਾਂ ਤੁਹਾਨੂੰ ਪਤਾ ਹੀ ਕੋਈ ਫਾਇਦਾ ਨਹੀਂ ਹੁੰਦਾ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਕਿੰਨੇ ਕੁ ਮਾਰਕੀਟ ਦੇ ਹਿਸਾਬ ਨਾਲ ਕਿੰਨਾ ਰੇਟ ਚੱਲ ਰਿਹਾ ਹੈ ਕਿਹੜੀ ਮਸ਼ੀਨਰੀ ਦਾ ਬਾਕੀ ਜਿਆਦਾ ਰੇਟ ਲਾਉਂਗੇ ਵੀ ਇੰਨੇ ਫੋਨ ਨਹੀਂ ਕਰਨਾ ਮਸ਼ੀਨਰੀ ਨਹੀਂ ਵਿਕਣੀ ਤੇ ਉਹ ਚੀਜ਼ ਤੁਹਾਡੇ ਹੀ ਘਟ ਹੈ ਤਾਂ ਕਰਕੇ ਤੁਹਾਡੇ ਫਾਇਦੇ ਖਾਤਰ ਕਹਿਣਾ ਹੁੰਦਾ ਹਰ ਵਾਰੀ ਕਿ ਰੇਟ ਜਿਹੜਾ ਉਹ ਸਹੀ ਲਾਇਆ ਕਰੋ ਬਾਕੀ ਆਪਣਾ ਤਾਂ ਐਡ ਲਾਉਣ ਦਾ ਕੰਮ ਹੈ ਤੁਸੀਂ ਜੋ ਕਹੋਗੇ ਆਪਾਂ ਕਰ ਦਾਂਗੇ ਜਿੰਨਾ ਰੇਟ ਕਹੋਗੇ ਲਾ ਦਾਂਗੇ ਬਾਕੀ ਹੁਣ ਦਿਓ ਜੀ ਇਜਾਜ਼ਤ ਮਿਲਦਿਆ ਜੀ ਕੱਲ ਨੂੰ ਜਲਦੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦਿਆਂ ਜਲਦੀ ਜੀ